spielen halt gegen mich. Ah, war jetzt gut. Ja? Die Chokadar gegen mich. Nein, auf Fitting kann ich nicht. Ja, die PVC Cola lag rein. ਰੇਤੀ ਲਾਹੜੀ ਸਰਾਹਣ ਛੋਟੇ ਪੀਸ ਬਾਜੂ ਕੱਟੀ ਦੇ ਥੱਲੇ ਰੱਖ ਕੇ ਨਾ ਫਿਰ ਬੰਦ ਕਰ ਹੁਣ ਨਹੀਂ ਬਣਾ ਲਾਣੀ ਨਾਲ ਤਿਆਰ ਕਰਨੇ ਫਿਰ ਤੁਹਾਡੇ ਪੀਸ ਇੱਥੋਂ ਕੱਟ ਵੱਟ ਕੇ ਅਤੇ ਇਹ ਰੱਖੇ ਨੇ ਸਹੀ ਅਤੇ ਇਹ ਦੋ ਪੀਸ ਇੱਕ ਇਹ ਦੋ ਠੀਕ ਇਹ ਦੋ ਪੀਸ ਨੇ ਇੱਕ ਇੱਥੇ ਲੱਗੇਗਾ ਅਤੇ ਇੱਕ ਇੱਥੇ ਲੱਗੇਗਾ ਠੀਕ ਇਹ ਲਾ ਕੇ ਫਿਰ ਮੈਂ ਤੁਹਾਡੇ ਨਾਲ ਹਾਂਜੀ ਦੋਸਤੋ ਇਹ ਹੁਣ ਦੋ ਪੱਲੇ ਢੰਗੇ ਨੇ ਠੀਕ ਹੈ ਇਹਦੇ ਉੱਤੇ ਕੈਬਲ ਲਾਵੇ
ਪਲਾਵੇ ਸਾਡਾ ਜਿਹੜੇ ਇਹਨੂੰ ਕੈਚਰ ਕੁਚਰ ਲਾ ਕੇ ਅਤੇ ਹੈਂਡਲ ਲਾ ਰਹੇ ਜੇ ਦੇਖੋ ਜਿਸ ਤਰ੍ਹਾਂ ਕੱਲ੍ਹ ਮੈਂ ਲਗਾ ਰਿਹਾ ਇਸ ਤੋਂ ਭਲੇ ਦਾ ਉੱਥੋਂ ਵੇਖਾਂ ਬੈਲੈਂਸ ਸਹੀ ਹੈ ਉੱਥੋਂ ਭਲੇ ਦਾ ਬੈਲੈਂਸ ਕਰ ਬਰਾਬਰ ਠੀਕ ਹੈ ਥੱਲੇ ਥੱਲੇ ਵੀ ਉਹਦੇ ਬਰਾਬਰ ਰੱਖਣਾ ਉੱਥੋਂ ਉਂਗਲੀ ਰੱਖਣੀ ਹੈ ਬਰਾਬਰ ਰੱਖ ਕੇ ਨਾ ਹੈਂਡ ਦਾ ਬਰਾਬਰ ਰੱਖਣਾ ਹਾਂ ਜੀ ਠੀਕ ਨਿਸ਼ਾਨ ਲਾਏ ਐਵੇਂ ਫਰਕ ਇੱਕ ਜਿਹਾ ਹੋਵੇ ਉਹੀ ਨਾ ਕਿ ਥੱਲੂ ਉੱਤੋਂ ਨਾਲ ਹੋਏ ਤੇ ਥੱਲੂ ਖੁੱਲ੍ਹਾ ਹੋਏ ਮੈਂ ਕਹਿੰਦਾ ਥੱਲੂ ਖੁੱਲ੍ਹਾ ਦਵੇ ਥੱਲੂ ਖੁੱਲ੍ਹਾ ਦਵੇ ਥੱਲੂ ਥੋੜ੍ਹਾ ਅੰਦਰ ਵਾਲੀ ਸਾਈਡ ਲਗਾ ਠੀਕ ਹੈ ਖੁੱਲ੍ਹਾ ਵੀ ਸਹੀ ਬਰਾਬਰ ਹੈ ਨਿਸ਼ਾਨ ਲਾ ਲੱਗ ਗਿਆ ਸਰਾ ਲਾ ਦੇ ਲਾ ਕੇ ਹੈਂਡਲ ਬਾਬਰ ਦੂਸਰਾ ਲਾਇਆ ਵਾਲਾ ਉਹ ਥੱਲੜੀ ਕੈਚ ਨੂੰ ਥੋੜ੍ਹਾ ਜਿਹਾ ਅੱਗੇ ਕੱਟ ਠੀਕ ਹੈ ਲਾਓ ਜੂਨ ਹੈ ਤਿਆਰ ਠੀਕ ਹੈ ਇਹ ਸਾਡੇ ਡੀਲ ਬੋਏ ਨੇ ਸੁੱਟ ਦੋ ਆਹੋ ਸਹੀ ਹੋ ਰਹੀ ਜੀ ਹੈਂਡਲ ਲਗਾ ਮੈਨੂੰ ਤਾਂ ਨਾਲ ਹੀ ਸ਼ੀਟਾਂ ਦਾ ਸਾਈਜ਼ ਹੋ ਜਾਂਦਾ ਸ਼ੀਟਾਂ ਕਟਾ ਕੇ ਇਹਨੂੰ ਪਾ ਕੇ ਫਿਰ ਇਨਸ਼ਾਅੱਲਾ ਮੁਕੰਮਲ ਫਿਰ ਉਹਨਾਂ ਨੂੰ ਤਿਆਰ ਕਰ ਸ਼ੀਟ ਕੱਟ ਕੇ ਦੋ ਜ਼ਰਾ ਭੁੱਖ ਲੱਗ ਗਈ
ماڑا سا آسرا کرایا چلنے لگا یہ ٹھیک ہے دیر بھائی اس کا بھی کوئی نہ ہم پہلے اس کو باندھ لیں پھر اس کے آگے بہن کو بند کریں یہ ٹھیک ہو گیا کیسا ہے اندر سے پین جو پیچ نکل رہے ہیں اور جو کسائی ڈالی تھی وہ پین جو کھل گئی ہے کھل گئی کسائی پائیے تو ہوں مطلب کہ سٹان دبڑیاں ماریا پنڈ پنڈ سے ہونا صحیح ہو گیا ترا صحیح ہو گیا اور یہ ہمارا کام کمپلیٹ ہو گیا بارش ہوئی ہے تقریبا کو مہینہ جی کنڈ ہی سکتا سارے شہرا بنے تقریباً مچھلیاں بھی آئی پتا چل ہی رہا فصل جی بڑوری ہے ہی دن نہیں ہونا کیونکہ اج بھی لوگوں کی دوڑیں لگی ہونی بڑا لیا ٹائم نہ سارا پروگرام گیا ٹائم بچانے سارے اگیں پیچھے جی کنک لگتی گئی ہو وغیرہ ماشاء اللہ گجر بادشاہ آ رہے ہے تقریباً پلاٹ مینو دو ڈیڑھ سال ہو گئے مجھے کام پہ جانے ہیں جی نے اللہ کرے پلاٹ کو وکن اور جلو کنک کے سٹے ہوتے ہیں نا وہ جلو بڈ بڈ کے سائڈ سے جلو ہینڈ رہی جاتی ہے ٹھیک ہے وہ توڑی بنتی ہے ساری فضول ہے ہونا نہیں کوئی تیرہ بارہ جگہ آ جاتی ہے سارا ہی بہت گھر گھر چلنا جی دوسری مشین ہوتی ہے جہاں بھریاں فاڑ کے سٹی جاتے ہیں تو وہ رج تو نہیں وہ کوئی بھی کرتے مطلب کہ وہ رج پائیے نا سٹے سارے تو پھر ایک سائڈ سے توڑی بھی سٹی جاتا
ਤੇ ਇੱਕ ਸਾਈਡ ਤੇ ਉਹ ਕਣਕ ਕੱਢੀ ਜਾਂਦਾ ਵਾ ਵਿਚਾਰੀ ਸਾਰੀ ਉਹ ਪਈ ਦੀ ਆ ਫਿਕਾ ਬਾਈ ਹੈ ਸਾਡੇ ਪਿੰਡ ਦਾ ਰਫੀਕ ਰਫੀਕ ਹੈ ਜਿਲ੍ਹਾ ਮਰਗੀ ਦੀ ਦਰਖਤ ਨੇ ਇਸ ਫਾਇਦੇ ਦੇ ਦਰਖਤ ਨੇ ਪਤਾ ਨਹੀਂ ਕੀ ਚੀਜ਼ ਮੈਂ ਅੱਜ ਤੱਕ ਕਹਿਣਾ ਜੀ ਕਿ ਆਈ ਨਹੀਂ ਨਾ ਜਾਣਾ ਹੋਵੇ ਕਿਉਂ ਕਹਿੰਦੇ ਦਰਖਤ ਦੇਖ ਕੇ ਡਰ ਲੱਗਦਾ ਪਤਾ ਨਹੀਂ ਕੀ ਚੀਜ਼ ਹੋਏਗੀ ਕਿਉਂ ਸਮਾਨ ਬਾਈ ਰੋਡ ਬਣਾਇਆ ਸੀ ਤੇ ਇਹ ਕਿਤੇ ਹੈ ਕਿਤੇ ਇਲੈਕਸ਼ਨ ਦਿਨਾਂ ਹੀ ਕੋਈ ਕੰਪਲੀਟ ਹੋ ਜਾਏ ਨਹੀਂ ਤੇ ਇਲੈਕਸ਼ਨਾਂ ਹੀ ਦਿਨਾਂ 'ਚ ਪਿਛਲੇ ਇਲੈਕਸ਼ਨਾਂ ਦੇ ਦਿਨਾਂ 'ਚ ਰਾਤ ਦੇ ਨਾਂ 'ਚ ਕੀਤਾ ਸੀ ਹੁਣ ਮੈਂ ਉਹਨਾਂ ਦੇ ਨਾਂ 'ਤੇ ਲੈਣਾ ਚਾਹੁੰਦਾ ਕਿਉਂਕਿ ਉਹ ਬੰਦਾ ਅੱਛਾ ਨਹੀਂ ਲੱਗਦਾ ਉਹਨਾਂ ਨੇ ਦਿਨ ਰਾਤ ਕਰਕੇ ਅਤੇ ਇਹ ਕੀਤਾ ਸੀ ਸਾਰਾ ਅਤੇ ਫਿਰ ਬਾਅਦ 'ਚੋਂ ਅੱਜ ਛੱਡ ਕੇ ਗਏ ਨੇ ਪਤਾ ਨਹੀਂ ਜਿੰਨੀ ਘੁੰਮੋ ਦੇ ਤਾਂ ਨਹੀਂ ਪਿਆ ਉਹਦਾ ਅਤੇ ਹੁਣ ਦੇਖੋ ਜੀ ਇਹ ਦੇਖੋ ਪੰਜੇ ਦੇ ਸਾਹਮਣੇ ਲੱਗਦਾ ਰਾਹ ਰਿਹਾ ਸਾਰਾ ਅਤੇ ਮਿੱਟੀ ਛਿੱਟੀ ਜਿਹੜੀ ਰੇਤ ਉੱਤੇ ਪਾਉਂਦੇ ਨੇ ਬਜਰੀ ਬਰੀਕ ਬਜਰੀ ਦੀ ਅਤੇ ਉਹ ਤਾਂ ਨਜ਼ਰ ਹੀ ਨਹੀਂ ਆ ਰਹੇ ਦੂਰ ਦੂਰ ਤੱਕ ਇਹ ਸਾਈਡਾਂ ਦੇ ਵੇਖੋ ਬਹੁਤ ਸਾਰਾ ਜਾਂਦੀ ਰਸਤਾ ਬਣਾ ਕੇ ਚਲੋਗੇ ਤਾਂ ਪਹਿਲੇ ਕੋਈ ਫੇਰ ਕੋਈ ਠੀਕ ਸੀ ਅਤੇ ਹੁਣ ਤਕਰੀਬਨ ਰਹਿ ਗਈ ਇੱਧਰ ਸਾਰੀਆਂ ਪੈਲੀਆਂ ਜਿਹੜੀਆਂ ਸਾਡੇ ਪਿੰਡ ਸਾਈਡ ਦੇ ਇਹ ਸਾਰੀਆਂ ਵਿਹਲੀਆਂ ਹੋ ਗਈਆਂ ਨੇ ਬੜੋਸ਼ ਹੋ ਗਈਆਂ ਨੇ ਸਾਰੀਆਂ ਅਤੇ ਇਹ ਹੁਣ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਤੱਕ ਜਾਣੀ ਤੁਹਾਨੂੰ ਮੈਂ ਸੁਬਹ ਤੋਂ ਲੈ ਕੇ ਸ਼ਾਮ ਤੱਕ ਮੈਂ ਆਪਣੀ ਵੀਡੀਓ ਦੱਸੀ ਹੈ ਸਹੀ ਹੈ ਅਤੇ ਅਗਰ ਇਨਸ਼ਾਅੱਲਾ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੈਗੀ ਦੋਸਤੋ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੀਓ ਲਾਈਕ ਕਰੀਓ ਕਮੈਂਟ ਕਰੀਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਇਨਸ਼ਾਅੱਲਾ ਜ਼ਰੂਰ ਪਹੁੰਚੇ ਅਤੇ ਉਸ ਤੋਂ ਬਾਅਦ ਮੈਂ ਸ਼ਹਿਰੋਂ ਆਇਆ ਸਾਂ ਅਤੇ ਬਾਦਸ਼ਾਹ ਦੀ ਕਟਿੰਗ ਵਗੈਰਾ ਕਰਾਈਏ ਠੀਕ ਹੈ ਦਾੜੀ ਸ਼ਾੜੀ ਬਣਾਈਏ ਮੈਂ ਚਲੋ ਯਾਰ ਕੱਲ੍ਹ ਜੁੰਮਾ ਅਤੇ ਪਰਸੋਂ ਕਜ਼ਨ ਦੀ ਮੰਗਣੀ ਹੈ ਅਹਿਮਦ ਦੀ ਕਜ਼ਨ ਅਤੇ ਉਹਦੀ ਮੰਗਣੀ ਅਤੇ ਉਹਦੇ 'ਤੇ ਜਾਣਾ ਵੀ ਇਨਸ਼ਾਅੱਲਾ ਮੰਗਦਾ ਵਲੋਗ ਮੈਂ ਇਨਸ਼ਾਅੱਲਾ ਜ਼ਰੂਰ ਮੈਂ ਚਾਹਾਂਗਾ ਅਤੇ ਇਨਸ਼ਾਅੱਲਾ ਉਮੀਦ ਕਰਾਂਗੇ ਤੁਹਾਨੂੰ ਵੀਡੀਓ ਮੇਰੀ ਪਸੰਦ ਹੋਈ ਹੈਗੀ ਇਨਸ਼ਾਅੱਲਾ ਹੁਣ ਤੁਹਾਡੇ ਨਾਲ ਮੁਲਾਕਾਤ ਦੇਖਦੇ ਨੈਕਸਟ ਵੀਡੀਓ 'ਚ